ਸਫ਼ਰ ਦੌਰਾਨ ਵਰਕਆਊਟ ਕਰਦੇ ਸਮੇਂ ਜਾਂ ਦੇਰ ਰਾਤ ਤੱਕ ਫਿਲਮਾਂ ਦੇਖਦੇ ਸਮੇਂ ਏਅਰਫੋਨ ਦੀ ਵਰਤੋਂ ਕਰਨਾ ਆਮ ਗੱਲ ਹੈ। ਹੁਣ ਏਅਰਬਰਡਸ ਆਉਣ ਤੋਂ ਬਾਅਦ ਤਾਰਾਂ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲੀ ਹੈ ਅਤੇ ਲੋਕ ਹਰ ਸਮੇਂ ਇਸ ਨੂੰ ਆਪਣੇ ਕੰਨਾਂ ਵਿੱਚ ਰੱਖਦੇ ਹਨ। ਇਸ ਤਰ੍ਹਾਂ ਏਅਰਬਰਡਸ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ, ਪਰ ਲੰਬੇ ਸਮੇਂ ਤੱਕ ਏਅਰਬਰਡਸ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਖਤਰੇ ਸਾਹਮਣੇ ਆਉਂਦੇ ਰਹਿੰਦੇ ਹਨ। ਏਅਰਬਰਡਸ ਦੀ ਜ਼ਿਆਦਾ ਵਰਤੋਂ ਕਾਰਨ ਸਾਨੂੰ ਕੰਨਾਂ ਦੀ ਲਾਗਤ ਜਾਂ ਕਿਸੇ ਹੋਰ ਸਿਹਤ ਸੰਬੰਧੀ ਜੋਖਮ ਦਾ ਖਤਰਾ ਹੁੰਦਾ ਹੈ। ਹਾਲ ਹੀ ਵਿੱਚ ਦਿੱਲੀ ਦੇ ਇੱਕ ਹਸਪਤਾਲ ਦੇ ਡਾਕਟਰ ਨੇ ਯੂਪੀ ਦੇ ਗੋਰਖਪੁਰ ਦੇ ਇੱਕ 18 ਸਾਲ ਦੇ ਲੜਕੇ ਦਾ ਆਪਰੇਸ਼ਨ ਕੀਤਾ ਜੋ ਲੰਬੇ ਸਮੇਂ ਤੱਕ ਏਅਰਫੋਨ ਦੀ ਵਰਤੋਂ ਕਾਰਨ ਹੋਣ ਵਾਲੀ ਇਨਫੈਕਸ਼ਨ ਕਾਰਨ ਸੁਣਨ ਸ਼ਕਤੀ ਗਵਾ ਬੈਠਾ ਸੀ। ਹਾਲਾਂਕਿ ਆਪਰੇਸ਼ਨ ਸਫਲ ਹੋਣ ਤੋਂ ਬਾਅਦ ਲੜਕੇ ਦੀ ਸੁਣਨ ਸ਼ਕਤੀ ਵਾਪਸ ਆ ਗਈ। ਇਸ ਲਈ ਜੇਕਰ ਤੁਹਾਨੂੰ ਵੀ ਲੰਬੇ ਸਮੇਂ ਤੱਕ ਏਅਰਫੋਨ 'ਤੇ ਲੱਗੇ ਰਹਿਣ ਦੀ ਆਦਤ ਹੈ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬੋਲੇ ਹੋਣ ਦਾ ਖਤਰਾ ਹੋ ਸਕਦਾ ਹੈ। ਏਅਰਬਰਡਸ ਦੀ ਵਰਤੋਂ ਕਰਨ ਵਾਲੇ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਵੇਗਾ ਕਿ ਦਿਨ ਵਿੱਚ ਕਿੰਨੇ ਘੰਟੇ ਏਅਰਬਰਡਸ ਦੀ ਵਰਤੋਂ ਕਰਨੀ ਚਾਹੀਦੀ ਹੈ। ਆਵਾਜ਼ ਕਿੰਨੀ ਹੋਣੀ ਚਾਹੀਦੀ ਹੈ? 100 BHz ਤੋਂ ਉੱਪਰ ਦੀ ਆਵਾਜ਼ ਸੁਣਨ ਲਈ ਤੁਹਾਡੇ ਕੰਨਾਂ ਨੂੰ 15 ਮਿੰਟ ਵਿੱਚ ਨੁਕਸਾਨ ਹੋ ਸਕਦਾ ਹੈ, ਪਰ ਤੁਹਾਨੂੰ ਦੱਸ ਦਈਏ ਕਿ 100 BHz ਬਹੁਤ ਜ਼ਿਆਦਾ ਹੈ। ਜਦੋਂ ਤੁਸੀਂ ਹੈੱਡਫੋਨ ਦੀ ਵਰਤੋਂ ਕਰਦੇ ਹੋ ਤਾਂ ਵੋਲੀਅਮ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਾਨੂੰ ਚੇਤਾਵਨੀ ਦਿੰਦੇ ਹਨ ਜਦੋਂ ਵੋਲੀਅਮ 60% ਤੋਂ ਵੱਧ ਜਾਂਦੀ ਹੈ। ਕਿੰਨੀ ਦੇਰ ਤੱਕ ਸੁਣਨਾ ਕੰਨਾਂ ਲਈ ਸੁਰੱਖਿਅਤ ਹੈ? ਇਸ ਤੋਂ ਵੱਧ ਸੁਣਨਾ ਤੁਹਾਡੇ ਕੰਨਾਂ ਲਈ ਖਤਰਨਾਕ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਮਹੱਤਵਪੂਰਨ ਹੈ ਕਿ ਇਸ ਨੂੰ ਕਿੰਨੀ ਦੇਰ ਤੱਕ ਸੁਣਨਾ ਸੁਰੱਖਿਅਤ ਮੰਨਿਆ ਜਾਂਦਾ ਹੈ। ਤੁਹਾਨੂੰ ਲੰਬੇ ਸਮੇਂ ਤੱਕ ਹੈੱਡਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਸੇ ਵੀ ਹਾਲਤ ਵਿੱਚ ਇਸ ਦੀ ਵਰਤੋਂ 60 ਮਿੰਟ ਤੋਂ ਵੱਧ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਆਪਣੇ ਹੈੱਡਫੋਨ ਦੇ ਆਦੀ ਹੋ ਤਾਂ ਹਰ 30 ਮਿੰਟ ਬਾਅਦ ਆਪਣੇ ਹੈੱਡਫੋਨ ਨੂੰ ਹਟਾਉਣਾ ਯੂਨੀਕੀ ਬਣਾਓ, ਨਾਲ ਹੀ ਵੋਲੀਅਮ ਦੀ ਜਾਂਚ ਕਰਦੇ ਰਹੋ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ। ਧੰਨਵਾਦ। ਸਫ਼ਰ ਦੌਰਾਨ ਵਰਕਆਊਟ ਕਰਦੇ ਸਮੇਂ ਜਾਂ ਦੇਰ ਰਾਤ ਤੱਕ ਫਿਲਮਾਂ ਦੇਖਦੇ ਸਮੇਂ ਏਅਰਫੋਨ ਦੀ ਵਰਤੋਂ ਕਰਨਾ ਆਮ ਗੱਲ ਹੈ। ਹੁਣ ਏਅਰਬਰਡਸ ਆਉਣ ਤੋਂ ਬਾਅਦ ਤਾਰਾਂ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲੀ ਹੈ ਅਤੇ ਲੋਕ ਹਰ ਸਮੇਂ ਇਸ ਨੂੰ ਆਪਣੇ ਕੰਨਾਂ ਵਿੱਚ ਰੱਖਦੇ ਹਨ। ਇਸ ਤਰ੍ਹਾਂ ਏਅਰਬਰਡਸ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ, ਪਰ ਲੰਬੇ ਸਮੇਂ ਤੱਕ ਏਅਰਬਰਡਸ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੇ ਖਤਰੇ ਸਾਹਮਣੇ ਆਉਂਦੇ ਰਹਿੰਦੇ ਹਨ। ਏਅਰਬਰਡਸ ਦੀ ਜ਼ਿਆਦਾ ਵਰਤੋਂ ਕਾਰਨ ਸਾਨੂੰ ਕੰਨਾਂ ਦੀ ਲਾਗਤ ਜਾਂ ਕਿਸੇ ਹੋਰ ਸਿਹਤ ਸੰਬੰਧੀ ਜੋਖਮ ਦਾ ਖਤਰਾ ਹੁੰਦਾ ਹੈ। ਹਾਲ ਹੀ ਵਿੱਚ ਦਿੱਲੀ ਦੇ ਇੱਕ ਹਸਪਤਾਲ ਦੇ ਡਾਕਟਰ ਨੇ ਯੂਪੀ ਦੇ ਗੋਰਖਪੁਰ ਦੇ ਇੱਕ 18 ਸਾਲ ਦੇ ਲੜਕੇ ਦਾ ਆਪਰੇਸ਼ਨ ਕੀਤਾ ਜੋ ਲੰਬੇ ਸਮੇਂ ਤੱਕ ਏਅਰਫੋਨ ਦੀ ਵਰਤੋਂ ਕਾਰਨ ਹੋਣ ਵਾਲੀ ਇਨਫੈਕਸ਼ਨ ਕਾਰਨ ਸੁਣਨ ਸ਼ਕਤੀ ਗਵਾ ਬੈਠਾ ਸੀ। ਹਾਲਾਂਕਿ ਆਪਰੇਸ਼ਨ ਸਫਲ ਹੋਣ ਤੋਂ ਬਾਅਦ ਲੜਕੇ ਦੀ ਸੁਣਨ ਸ਼ਕਤੀ ਵਾਪਸ ਆ ਗਈ। ਇਸ ਲਈ ਜੇਕਰ ਤੁਹਾਨੂੰ ਵੀ ਲੰਬੇ ਸਮੇਂ ਤੱਕ ਏਅਰਫੋਨ 'ਤੇ ਲੱਗੇ ਰਹਿਣ ਦੀ ਆਦਤ ਹੈ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬੋਲੇ ਹੋਣ ਦਾ ਖਤਰਾ ਹੋ ਸਕਦਾ ਹੈ। ਏਅਰਬਰਡਸ ਦੀ ਵਰਤੋਂ ਕਰਨ ਵਾਲੇ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਵੇਗਾ ਕਿ ਦਿਨ ਵਿੱਚ ਕਿੰਨੇ ਘੰਟੇ ਏਅਰਬਰਡਸ ਦੀ ਵਰਤੋਂ ਕਰਨੀ ਚਾਹੀਦੀ ਹੈ। ਆਵਾਜ਼ ਕਿੰਨੀ ਹੋਣੀ ਚਾਹੀਦੀ ਹੈ? 100 BHz ਤੋਂ ਉੱਪਰ ਦੀ ਆਵਾਜ਼ ਸੁਣਨ ਲਈ ਤੁਹਾਡੇ ਕੰਨਾਂ ਨੂੰ 15 ਮਿੰਟ ਵਿੱਚ ਨੁਕਸਾਨ ਹੋ ਸਕਦਾ ਹੈ, ਪਰ ਤੁਹਾਨੂੰ ਦੱਸ ਦਈਏ ਕਿ 100 BHz ਬਹੁਤ ਜ਼ਿਆਦਾ ਹੈ। ਜਦੋਂ ਤੁਸੀਂ ਹੈੱਡਫੋਨ ਦੀ ਵਰਤੋਂ ਕਰਦੇ ਹੋ ਤਾਂ ਵੋਲੀਅਮ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਾਨੂੰ ਚੇਤਾਵਨੀ ਦਿੰਦੇ ਹਨ ਜਦੋਂ ਵੋਲੀਅਮ 60% ਤੋਂ ਵੱਧ ਜਾਂਦੀ ਹੈ। ਕਿੰਨੀ ਦੇਰ ਤੱਕ ਸੁਣਨਾ ਕੰਨਾਂ ਲਈ ਸੁਰੱਖਿਅਤ ਹੈ? ਇਸ ਤੋਂ ਵੱਧ ਸੁਣਨਾ ਤੁਹਾਡੇ ਕੰਨਾਂ ਲਈ ਖਤਰਨਾਕ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਮਹੱਤਵਪੂਰਨ ਹੈ ਕਿ ਇਸ ਨੂੰ ਕਿੰਨੀ ਦੇਰ ਤੱਕ ਸੁਣਨਾ ਸੁਰੱਖਿਅਤ ਮੰਨਿਆ ਜਾਂਦਾ ਹੈ। ਤੁਹਾਨੂੰ ਲੰਬੇ ਸਮੇਂ ਤੱਕ ਹੈੱਡਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਸੇ ਵੀ ਹਾਲਤ ਵਿੱਚ ਇਸ ਦੀ ਵਰਤੋਂ 60 ਮਿੰਟ ਤੋਂ ਵੱਧ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਆਪਣੇ ਹੈੱਡਫੋਨ ਦੇ ਆਦੀ ਹੋ ਤਾਂ ਹਰ 30 ਮਿੰਟ ਬਾਅਦ ਆਪਣੇ ਹੈੱਡਫੋਨ ਨੂੰ ਹਟਾਉਣਾ ਯੂਨੀਕੀ ਬਣਾਓ, ਨਾਲ ਹੀ ਵੋਲੀਅਮ ਦੀ ਜਾਂਚ ਕਰਦੇ ਰਹੋ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ। ਧੰਨਵਾਦ।